ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵਾਹਿਗੁਰੂ ਸਾਰਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਤੇ ਅੱਜ ਕੀ ਕਰ ਰਹੇ ਹੋ ਅੱਜ ਅਸੀਂ ਚੱਲੇ ਹਾਂ ਆਪਣੇ ਫਾਰਮ ਤੇ ਇਹਨਾਂ ਦੇ ਚਾਚੂ ਨੇ ਬਣਾਇਆ ਇੱਕ ਫਾਰਮ ਹਾਊਸ ਤੇ ਆਪਾਂ ਤੁਹਾਨੂੰ ਵਿਖਾਉਂਦੇ ਹਾਂ ਉੱਥੇ ਤੇ ਕਰਾਵਾਂਗੇ ਮਸਤੀ ਮੌਜ ਮਸਤੀ ਕਰਾਂਗੇ ਇੰਜੋਏ ਹੁਣ ਅਜੇ ਥੋੜੀ ਬਹੁਤ ਇੱਕ ਦੋ ਰੀਲ ਰੂਲ ਬਣਾ ਰਹੇ ਸੀ ਤਿਆਰ ਹੋਈ ਗੁਰਸੀਰਤ ਤੁਸੀਂ ਹੋਵੋਗੇ ਮੈਂ ਤਿਆਰ ਕਿਉਂ ਹੋਈ ਹਾਂ ਸੂਟ ਪਾਇਆ ਹੈ ਕਿਉਂਕਿ ਅਸੀਂ ਡਾਂਸ ਦੇ ਸ਼ਾਰਟਸ ਬਣਾ ਰਹੇ ਸੀ ਤੇ ਤਾਂ ਮੈਂ ਆਪਣਾ ਸੂਟ ਪਾਇਆ ਸੋਹਣਾ ਹੈ ਨਾ ਕਮੈਂਟ ਵਿੱਚ ਜ਼ਰੂਰ ਦੱਸਿਓ ਸੋ ਹੁਣ ਇਹਨਾਂ ਨੇ ਆਪਣੀ ਕਰ ਲਓ ਸਵੀਮਿੰਗ ਵਾਲੇ ਕੋਸਟਿਊਮ ਤੇ ਇਹਨਾਂ ਦੇ ਛੋਟੇ ਹੋ ਗਏ ਨੇ ਕਿਉਂਕਿ 2 ਸਾਲ ਹੋ ਗਏ ਨੇ ਜਿਹੜੇ ਲਏ ਸੀ ਇਹਨਾਂ ਨੇ ਸਵੀਮਿੰਗ ਕੋਸਟਿਊਮ ਕਿਉਂਕਿ ਇਸ ਤੋਂ ਬਾਅਦ ਹੁਣ ਚੀਜ਼ਾਂ ਮਿਲ ਨਹੀਂ ਰਹੀਆਂ ਵਾਲੀਆਂ ਸਕੂਲਾਂ ਚ ਜ਼ਿਆਦਾ ਯੂਜ਼ ਹੁੰਦਾ ਗਾਇਜ਼ ਹੁਣ ਅਸੀਂ ਰੈਡੀ ਹੋ ਚੁੱਕੇ ਹਾਂ ਰੈਡੀ ਹੋ ਚੁੱਕੇ ਹੁਣ ਜਾ ਰਹੇ ਹਾਂ ਅਸੀਂ ਮਸਤੀ ਕਰਨ ਆਪਣੇ ਫਾਰਮ ਹਾਊਸ ਤੇ ਵਿਖਾਵਾਂਗੇ ਤੁਹਾਨੂੰ ਉੱਥੇ ਦਾ ਮਜ਼ਾ ਤੇ ਆਪਾਂ ਸੋਚ ਰਹੇ ਸੀ ਵੀ ਤੁਹਾਨੂੰ ਕਿਸੇ ਦਿਨ ਨਾ ਆਪਣੇ ਪਿੰਡ ਦਾ ਵੀ ਅਸੀਂ ਟੂਰ ਕਰਵਾਈਏ ਅਸੀਂ ਵਿਖਾਈਏ ਤੁਹਾਨੂੰ ਸਾਡਾ ਪਿੰਡ ਕਿਵੇਂ ਦਾ ਸੋਹਣਾ ਆ ਠੀਕ ਠਾਕ ਆ ਕਿਵੇਂ ਦਾ ਤੇ ਤੁਸੀਂ ਕਮੈਂਟ ਕਰਕੇ ਦੱਸੋ ਕੌਣ ਕੌਣ ਚਾਹੁੰਦਾ ਸਾਡਾ ਪਿੰਡ ਵੇਖਣਾ ਆਪਾਂ ਪੂਰਾ ਤੁਹਾਨੂੰ ਵਿਖਾਵਾਂਗੇ GT ਰੋਡ ਤੋਂ ਲੈ ਕੇ ਕਿਉਂਕਿ GT ਰੋਡ ਦੇ ਉੱਤੇ ਹੀ ਆ ਬਿਲਕੁਲ ਹਾਫ ਕਿਲੋਮੀਟਰ ਦਾ ਥੋੜ੍ਹਾ ਜਿਹਾ ਡਿਸਟੈਂਸ ਆ ਬਸ GT ਰੋਡ ਤੋਂ ਸੋ ਇਹ ਸਾਡੇ ਨੇੜੇ ਨੇੜੇ ਕਿਹੜੀਆਂ ਕਿਹੜੀਆਂ ਚੀਜ਼ਾਂ ਆ ਵੇਖਣ ਵਾਲੀਆਂ ਘੁੰਮਣ ਵਾਲੀਆਂ ਤੇ ਸਾਡਾ ਪਿੰਡ ਕਿਵੇਂ ਦਾ ਤੁਸੀਂ ਕਮੈਂਟ ਕਰਕੇ ਦੱਸਣਾ ਹੈ ਕਿੰਨੇ ਕਿੰਨੇ ਵੇਖਣਾ ਜੇ ਜ਼ਿਆਦਾ ਕਮੈਂਟ ਆਏ ਤਾਂ ਫਿਰ ਆਪਾਂ ਆਪਣਾ ਪਿੰਡ ਦਾ ਟੂਰ ਕਰਾਂਗੇ ਘੁਮਾਵਾਂਗੇ ਤੁਹਾਨੂੰ ਆਪਣਾ ਸਾਰਾ ਪਿੰਡ ਤੇ ਸਾਡੇ ਪਿੰਡ ਦੀਆਂ ਨੇੜੇ ਤੇੜੇ ਦੀਆਂ 1 ਅੱਧੇ ਕਿਲੋਮੀਟਰ ਜਿਹੜਾ ਬਿਲਕੁਲ ਪਿੰਡ ਦੇ ਨੀਅਰ ਬਾਏ ਚੀਜ਼ਾਂ ਉਹ ਵੀ ਵਿਖਾਵਾਂਗੇ ਤੁਹਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਗਾਇਜ਼ ਨੇ ਤੁਹਾਨੂੰ ਆਪਣੇ ਫਾਰਮ ਹਾਊਸ ਦਾ ਮਜ਼ਾ ਤੇ ਫਤਿਹਰੀ ਕਰਨਗੇ ਅੱਜ ਪੂਲ ਦੇ ਵਿੱਚ ਮਸਤੀ ਤੋਂ ਆਪਾਂ ਚੱਲਦੇ ਹਾਂ ਤੇ ਹੁਣ ਜਾਂਦੇ ਜਾਂਦੇ ਵਿਖਾਵਾਂਗੇ ਥੋੜ੍ਹਾ ਜਿਹਾ ਤੁਹਾਨੂੰ ਤੇ ਫਤਿਹ ਕਰੇਗਾ ਸ਼ੂਟ ਅੱਜ ਕਹਿੰਦਾ ਮੈਂ ਛੋਟਾ ਜਿਹਾ ਵਲੌਗ ਸ਼ੂਟ ਕਰਨਾ ਸੋ ਆਜੋ ਗਾਇਜ਼ ਚੱਲਦੇ ਹਾਂ ਮਿਲਦੇ ਹਾਂ ਫਿਰ ਗਾਇਜ਼ ਪਹੁੰਚ ਚੁੱਕੇ ਹਾਂ ਫਾਰਮ ਹਾਊਸ ਤੇ ਇਹ ਵੇ ਗੁਰਸੀਰਤ ਹਰਾਂ ਦੇ ਚਾਚੂ ਨੇ ਬਣਾਇਆ ਲਓ ਜੀ ਬੋਰਡ ਵੇਖੋ ਪਹਿਲਾਂ ਬਾਏ ਦਾ ਬਲੈਸਿੰਗ ਆਫ ਸਰਦਾਰ ਵਰਿਆਮ ਸਿੰਘ ਚੀਮਾ ਸਾਡੇ ਦਾਦਾ ਜੀ ਅਤੇ ਐਂਡ ਸਰਦਾਰ ਕੁਲਵੀਰ ਸਿੰਘ ਚੀਮਾ ਸਾਡੇ ਚਾਚਾ ਜੀ ਨੇ ਸਾਡੇ ਦਾਦਾ ਜੀ ਐਕਸਪਾਇਰ ਹੋ ਚੁੱਕੇ ਨੇ 5-7 ਸਾਲ ਹੋ ਚੁੱਕੇ ਨੇ ਬਟ ਆਹ ਫਾਰਮ ਹਾਊਸ 'ਤੇ ਅਜੇ ਚੱਲ ਰਿਹਾ ਕੰਮ ਆਹ ਦੇਖੋ ਅਜੇ ਪੂਰੇ ਰੰਗ ਲੱਗਣਗੇ ਹੋਏਗੀ ਇੱਥੇ ਬੱਲੇ ਬੱਲੇ ਪੂਰੀਆਂ ਰੌਣਕਾਂ ਹਜੇ ਕੰਮ ਚੱਲ ਰਿਹਾ ਇੱਥੇ ਸਾਰਾ ਵਧੀਆ ਸਿਸਟਮ ਬਣੇਗਾ ਟਾਇਲਸ ਟੂਲਸ ਲੱਗਣਗੀਆਂ ਪੂਰਾ ਜਗਾੜ ਲਾਇਆ ਛਤਰੀਆਂ ਛਤਰੀਆਂ ਇਹਦੇ ਟੇਬਲ ਵੀ ਆ ਚੇਅਰਸ ਨੇ ਰੈਸਟ ਵਾਲੀਆਂ ਆਰਾਮ ਨਾਲ ਲੇਟੋ ਇੰਜੋਏ ਕਰੋ ਜਾਂ ਇਹਨਾਂ ਦਾ ਪੂਲ ਫਤਿਹ ਮਾਰੇਗਾ ਜੰਪ ਹੁਣ ਫਤਿਹ ਫਤਿਹ ਆਪਣੀ ਟੀ ਸ਼ਰਟ ਲਾ ਲਾ ਤੂੰ ਫਤਿਹ ਟੀ ਸ਼ਰਟ ਉਤਾਰ ਲਓ ਆਪਣੀ ਲਓ ਜੀ ਹਰਗੁਣ ਐਂਡ ਜਸ਼ਨ ਹਰਗੁਣ ਲੁੱਕ ਗਈ ਹੈ ਫਿਰ ਹਰਗੁਣ ਕੈਮਰਿਆਂ ਤੋਂ ਲੁੱਕਦੀ ਹੈ ਜਸ਼ਨ ਸੇ ਹੈਲੋ ਹਾਏ ਕਰੋ ਹਾਏ ਕਰੋ ਹੈਲੋ ਗਾਇਜ਼ ਜਸ਼ਨ ਹੈਲੋ ਕਰੋ ਜਸ਼ਨ ਵੀਰਾ ਤੇ ਹਰਗੁਣ ਦੀਦੀ ਇਹਨਾਂ ਦੀ ਗੁਰਫਤਿਹ ਗੁਰਸੀਰਤ ਹਰਾਂ ਦੇ ਆਹ ਵੇਖੋ ਚਿਗਾੜ ਪੂਰਾ ਚੱਲ ਰਿਹਾ ਵਧੀਆ ਵਾਲਾ ਸਿਸਟਮ ਹੈ ਹੌਲੀ ਹੌਲੀ ਬਣਾਵਾਂਗੇ ਇਹਨੂੰ ਪੂਰਾ ਐਨ ਵਧੀਆ ਨਾ ਪੂਰੀ ਗਾਰਡਨ ਬਣੇਗਾ ਇੱਥੇ ਉਹ ਸਾਰਾ ਸਿਸਟਮ ਹੈ ਪੂਰੇ ਇੰਜੋਏ ਕਰ ਰਹੇ ਨੇ ਮਸਤੀ ਮਜ਼ਾ ਨਜ਼ਾਰੇ ਨਜ਼ਾਰੇ ਆਮ ਜਸ਼ਨ ਸਿੰਘ ਚੀਮਾ ਸਾਹਿਬ ਚਲੋ ਜੀ ਫਤਿਹ ਫਤਿਹ ਦੇ ਗਲ ਤੱਕ ਪਾਣੀ ਆ ਗਿਆ ਪਾਣੀ ਜ਼ਿਆਦਾ ਹੋ ਕਹਿੰਦਾ ਬੰਦ ਕਰੋ ਪਾਣੀ ਪਰ ਕੋਈ ਗੱਲ ਨਹੀਂ ਬੇਟਾ ਤੂੰ ਇਹਦੇ ਨਾਲ ਫਲੋਟਰ ਨਾਲ ਫਲੋਟ ਕਰਦਾ ਰਹੇ ਆਰਾਮ ਨਾਲ ਕੋਈ ਚੱਕਰ ਨਹੀਂ ਇੰਜੋਏ ਕਰ ਫਤਿਹ ਆਰਾਮ ਨਾਲ ਫਲੋਟ ਕਰ ਦੇਣਾ ਕੋਈ ਦਿੱਕਤ ਨਹੀਂ ਹਾਂ ਕੋਈ ਨਹੀਂ ਡੁੱਬਦਾ ਤੂੰ ਤੈਰਨਾ ਤੈਨੂੰ ਆਉਂਦਾ ਹੀ ਹੈ ਸਵੀਮਿੰਗ ਤਾਂ ਤੈਨੂੰ ਆਉਂਦੀ ਹੈ ਮੋਟੋ ਹੈ ਕਿਵੇਂ ਮਸਤੀ ਕਰ ਰਹੀ ਹੈ ਅਤੇ ਆ ਮੱਛੀਆਂ ਜਿਹਦੇ ਡੋਲਫਿਨ ਦੇ ਉੱਤੇ ਚੜ੍ਹ ਜਾਓ ਡੋਲਫਿਨ ਦੀ ਸਵਾਰੀ ਕਰੋ ਫਤਿਹ ਸਾਈਡ ਹੋ ਜਾ ਲਓ ਜੀ ਵੇਖੋ ਜੀ ਗੁਰਫਤਿਹ ਨੂੰ ਚੈੱਕ ਕਰੋ ਤੁਸੀਂ ਬਾਕੀ ਅਤੇ ਉਹ ਕਹਿੰਦਾ ਮੇਰੀ ਮੇਰੀ ਬਣਾਓ ਪਹਿਲਾਂ ਬਾਕੀ ਤਿੰਨੇ ਭੈਣ ਭਰਾਵਾਂ ਦੀ ਫਿਰ ਬਣਾ ਜੇ ਵੇਖੋ ਜੀ ਸਾਰੇ ਵੇਖੋ ਇਹਨਾਂ ਨੂੰ ਹਰਗੁਣ ਜਸ਼ਨ ਸੀਰਤ ਵੇਖੋ ਫਤਿਹ ਨੂੰ ਚਲੋ ਕਰੋ ਕੀ ਕਰਨਾ ਸੀਰਤ ਸਾਈਡ ਹੋ ਜਾਓ ਬੇਟਾ ਮਾਰ ਦੇ ਤੂੰ ਜੰਮ ਕੋਈ ਚੱਕਰ ਨਹੀਂ ਉਹ ਤੁਹਾਡੀ ਨੂੰ ਤਗੜੇ ਫਤਿਹ ਕੋਲ ਸਟੰਟ ਬੜੇ ਤਗੜੇ ਤਗੜੇ ਨੇ ਹਰਗੁਣ ਕਹਿੰਦੀ ਬੜਾ ਮਸਤ ਸਟੰਟ ਹੈ ਵਾਲਾ ਲਓ ਜੀ ਹੁਣ ਸਾਡਾ ਮੋਟਾ ਬਾਲੂ ਮਾਰੇਗਾ ਜੰਪ ਚਲੋ ਆਲੂ ਮੋਟਾ ਬਾਲੂ
ਉਹ ਤੁਹਾਡੀ ਨੂੰ ਸਾਰਾ ਹੀ ਪਾਣੀ ਲਾਤਾ ਇਹਨੇ ਤੇ ਹਾਂ ਹੁਣ ਬਿਨਾ ਟਿਊਬ ਤੋਂ ਫਤੇ ਵੇਖ ਰਹੇ ਚਲੋ ਵੇਖੋ ਬਈ ਸਾਰੇ ਵੇਖੋ ਇੰਨੀ ਦੂਰ ਨਹੀਂ ਜੰਪ ਵੱਜਦਾ ਚਲੋ 1 2 3 ਸਟਾਰਟ ਉਹ ਤੁਹਾਡੀ ਨੂੰ ਫਤੇ ਦੇ ਗਲ ਤੱਕ ਫਤੇ ਖਲੋਈ ਫਤੇ ਸਿੱਧਾ ਖਲੋਈ ਯਸ਼ਵੀਰੇ ਦੀ ਯਾਦ ਆ ਰਹੀ ਹੈ ਫਤਿਹ ਨੂੰ ਹੁਣ ਹੋ ਗਿਆ ਇਹਨਾਂ ਦਾ ਸਨੈਕਸ ਟਾਈਮ ਥੱਕ ਵੀ ਗਏ ਨੇ ਨਹੀਂ ਬੜੀ ਦੇਰ ਹੋ ਗਈ ਹੈ ਹੁਣ ਚਿਪਸ ਕੋਲਡ ਡਰਿੰਕ ਹੋਰ ਪਤਾ ਨਹੀਂ ਕੀ ਕੀ ਚਾਚੂ ਨੇ ਲਿਆ ਕੇ ਸਾਰਾ ਕੁਛ ਰੱਖਿਆ ਇੱਥੇ ਅਤੇ ਹੁਣ ਕਰ ਰਹੇ ਹਾਂ ਫਤਿਹ ਦਾ ਐਵੇਂ ਬਦਾਮ ਮਿਲਕ ਅੱਛਾ ਕੋਕ ਹੀ ਪੀਂਦਾ ਅਤੇ ਗਧਾ ਹੈ ਪੂਰਾ ਇੱਕ ਨੰਬਰ ਦਾ ਇਹਨੇ ਕੋਕ ਹੀ ਪਸੰਦ ਇਹਨੂੰ ਤੇ ਅੱਛਾ ਜਸ਼ਨ ਵੀਰ ਕੋਕ ਪਸੰਦ ਹੈ ਕੋਲਡ ਡਰਿੰਕ ਪੀਓ ਜੋ ਮਰਜ਼ੀ ਪੀਓ ਪੂਰਾ ਵਿਊ ਵੇਖੋ ਝੂਲੇ ਚਾਲੇ ਸਭ ਲੱਗੇ ਹੋਏ ਆ ਵਿਕਰਮ ਚੀਮਾ ਫਾਰਮ ਸਾਰਾ ਜਦੋਂ ਵਧੀਆ ਕੰਪਲੀਟ ਹੋ ਜਾਏਗਾ ਫਿਰ ਵੀ ਤੁਹਾਨੂੰ ਕਿਸੇ ਨੂੰ ਵਿਖਾਵਾਂਗੇ ਆਪਾਂ ਪ੍ਰੋਪਰ ਹੁਣ ਗਰਮੀ ਚਲੀ ਜਾਣੀ ਚਲੋ ਹਲੇ ਜਿੰਨੇ ਵੀ ਦਿਨ ਆਏ ਨੇ ਬੱਚੇ ਹਲੇ ਇੰਜੋਏ ਕਰਨਗੇ ਥੋੜ੍ਹਾ ਕੰਮ 'ਚ ਕਾਫੀ ਟਾਈਮ ਲੱਗ ਗਿਆ ਇਸ ਕਰਕੇ ਹੁਣ ਕੰਪਲੀਟ ਅਜੇ ਹੋਣ 'ਚ ਵੀ ਟਾਈਮ ਲੱਗ ਜਾਣਾ ਅਜੇ ਪ੍ਰੋਪਰ ਕੰਪਲੀਟ ਹੋਣ ਤੇਰੇ ਗਲ ਤੱਕ ਪਾਣੀ ਆ ਗਿਆ ਪਰ ਫਿਰ ਵੀ ਪ੍ਰਵਾਹ ਨਹੀਂ ਕਰ ਰਿਹਾ ਫਿਰ ਬਾਅਦ 'ਚੋਂ ਫਲੋਟਰ ਨਾਲ ਤੈਲ ਹਾਂ ਕੀ ਵੇਖੋ ਜੀ ਵੇਖੋ ਜੀ ਹੁਣ ਫਤਿਹ ਕਰਕੇ ਵਿਖਾਇਆ ਕੀ ਕਰਨ ਲੱਗੇ ਹੋ ਇਹ ਸ਼ਰਾਰਤੀ ਬੜਾ ਪ੍ਰਵਾਹ ਨਹੀਂ ਕਰਦਾ ਉਹ ਤੁਹਾਡੀ ਨੂੰ ਲਓ ਜੀ ਜੰਪ ਠੋਕ ਦਿੱਤਾ ਚਲ ਸਵੀਮਿੰਗ ਕਰਕੇ ਬੈਕ ਬੈਕ ਫਲੋਟਿੰਗ ਕਰੋ ਬੈਕ ਫਲੋਟਿੰਗ ਕਮਾਲ ਏ ਹਾਂ ਕਰੋ ਆ ਵੇਖੋ ਮੋਟਾ ਜਿਹਾ ਕੱਦੂ ਕਿਵੇਂ ਤੈਰਦਾ ਬੈਕ ਬਿਨਾਂ ਹੁੰਦੇ ਰਹੋ ਸਿਰ ਦਾ ਹੱਥ ਪੈਰ ਹਿਲਾਏ ਬਿਨਾਂ ਫਲੋਟ ਕਰੋ ਇੱਥੇ ਆ ਦੀਦੀ ਕੋਲ ਆ ਜਾਓ ਫਤਿਹ ਮੈਂ ਤਾਂ ਹੈਰਾਨ ਹੁੰਦਾ ਪਤਾ ਨਹੀਂ ਕਿਵੇਂ ਤੈਰ ਲੈਂਦੇ ਨੇ ਹਿੱਲਣਾ ਡੁੱਲਣਾ ਵੀ ਕੁਛ ਨਹੀਂ ਜਿਵੇਂ ਆ ਫਲੋਟਰ ਨਹੀਂ ਹੈ ਆਪ ਹੀ ਫਲੋਟਰ ਬਣੇ ਫਿਰਦੇ ਨੇ ਜਸ਼ਨ ਪੂਰੇ ਮਜ਼ੇ ਕਰ ਰਿਹਾ ਪੂਰੇ ਦੱਬ ਕੇ ਅੱਜ ਮੌਸਮ ਵੀ ਬੜਾ ਵਧੀਆ ਬੱਦਲ ਜੇ ਬਣੇ ਹੋਏ ਨੇ ਚਾਰੇ ਪਾਸੇ ਸੋ ਵਿਕਰਮ ਚੀਮਾ ਫਾਰਮ ਫਾਰਮ ਹਾਊਸ ਹੈ ਸਾਡਾ ਅਤੇ ਆਹ ਬਣਾਇਆ ਜਿਹੜਾ ਕ੍ਰਿਕਟ ਦਾ ਨੈੱਟ ਪ੍ਰੈਕਟਿਸ ਵਾਸਤੇ ਜਦੋਂ ਕੰਪਲੀਟ ਹੋਏਗਾ ਇਹਦੇ ਨਾਲ ਪੂਰਾ ਨੈੱਟ ਸਾਰੇ ਪਾਸੇ ਨੈੱਟ ਲੱਗੇਗਾ ਅਤੇ ਇੱਥੇ ਥੱਲੇ ਪਿੱਚ ਬਣੇਗੀ ਅਤੇ ਫਿਰ ਬੱਚਿਆਂ ਦੀ ਕ੍ਰਿਕਟ ਦੀ ਪ੍ਰੈਕਟਿਸ ਹੋਏ ਕਰੇਗੀ ਇੱਥੇ ਅਤੇ ਇੱਥੇ ਆ ਬੈਡਮਿੰਟਨ ਕੋਰਟ ਏ ਇੱਥੇ ਕੋਰਟ ਬਣੇਗਾ ਗਰਾਸ ਵਗੈਰਾ ਸਾਰਾ ਸਿਸਟਮ ਕਰਕੇ ਪਾਈਪ ਲੱਗੇ ਹੋਏ ਨੇ ਬੈਡਮਿੰਟਨ ਕੋਰਟ ਦੇ ਅਤੇ ਆ ਸਾਹਮਣੇ ਚੇਅਰਸ ਨੇ ਆਪਣਾ ਆਰਾਮ ਨਾਲ ਪੂਲ 'ਚ ਨਹਾਉਂਦੇ ਰਹੋ ਆ ਕੇ ਰੈਸਟ ਕਰੋ ਧੁੱਪ ਹੋਏ ਆ ਛਤਰੀਆਂ ਜਿਹੀਆਂ ਖੋਲ੍ਹ ਕੇ ਪੂਰੀਆਂ ਇਹਨਾਂ 'ਚ ਇੰਜੋਏ ਕਰੋ ਉੱਧਰ ਚੇਅਰਸ ਵਗੈਰਾ ਲੱਗੀਆਂ ਹੋਈਆਂ ਬਾਕੀ ਸਾਰਾ ਵਿਖਾਉਂਦੇ ਅੰਦਰੋਂ ਹੀ ਵਿਖਾਵਾਂਗੇ ਤੁਹਾਨੂੰ ਵਿਖਾਉਂਦੇ ਆਪਾਂ ਅੰਦਰ ਤੋਂ ਵੇਖੋ ਫਿਰ ਅੰਦਰ ਦਾ ਹੀ ਨਜ਼ਾਰਾ ਹੀ ਸਾਰਾ ਕੁਛ ਓਕੇ ਰਿਪੋਰਟ ਹੈ ਬੈੱਡ ਵੀ ਲੱਗਾ ਜਿੱਦਾਂ ਦਿਲ ਕਰੇ ਘਰ ਤੋਂ ਇੱਥੇ ਆ ਕੇ ਆਪਣਾ ਆਊਟਿੰਗ ਕਰਨੀ ਹੈ ਫਾਰਮ ਹਾਊਸ 'ਤੇ ਜਦੋਂ ਬੰਦਾ ਲੜਿਆ ਹੋਏ ਆਰਾਮ ਨਾਲ ਆ ਕੇ ਆਪਣਾ ਇੱਥੇ ਸੋ ਜਾਓ ਸ਼ਾਨਦਾਰ ਬੈੱਡ ਹੈ ਸੋਫਾ ਬਹੁਤ ਵਧੀਆ ਸਾਰੀਆਂ ਚੀਜ਼ਾਂ ਨੇ ਇੱਥੇ ਬਣ ਰਿਹਾ ਸਾਰਾ ਸਿਸਟਮ ਇੱਧਰ ਖਾਣ ਪੀਣ ਦਾ ਇੱਥੇ ਸਿਸਟਮ ਹੋਏ ਕਰੇਗਾ ਸਾਰਾ ਪੈਂਟਰੀ ਇੱਧਰ ਵਾਸ਼ਰੂਮ ਵਗੈਰਾ ਸਾਰਾ ਕੁਛ ਬਹੁਤ ਵਧੀਆ ਕੀਤਾ ਵੀਰ ਨੇ ਪ੍ਰੋਗਰਾਮ ਫਿੱਟ ਐਂਡ ਬਹੁਤ ਸ਼ਾਨਦਾਰ ਬਣਾਇਆ ਇਹ ਵੀ ਮੇਰਾ ਬ੍ਰਦਰ ਵਿਕਰਮਜੀਤ ਸਿੰਘ ਚੀਮਾ ਬਾਈ ਨੇ ਕੱਢੇ ਪੂਰੇ ਕੜਾਕੇ ਅਤੇ ਧੰਨ ਧੰਨ ਵਾਲਾ ਕੰਮ ਹੈ ਪੂਰਾ ਬਸ ਅਜੇ ਕੰਪਲੀਟ ਹੋਣ 'ਚ ਟਾਈਮ ਲੱਗਣਾ ਅਤੇ ਫਿਰ ਜਦੋਂ ਕੰਪਲੀਟ ਹੋ ਜਾਏਗਾ ਫਿਰ ਸਾਰਾ ਮੈਨੇਜ ਵੀ ਹੋ ਜਾਏਗਾ ਸਿਸਟਮ ਅਤੇ ਫਿਰ ਪ੍ਰੋਪਰ ਐਂਡ ਵਧੀਆ ਤਰੀਕੇ ਨਾਲ ਬਣ ਜਾਏਗਾ ਸਿਸਟਮ
करो वीर जी हैलो हाय सारिआं नूं। सति श्री अकाल जी सारिआं नूं। ओ जी विक्रमजीत सिंह चीमा सरपंच पिंड मसाणा फार्म हाउस तुहानूं विखाई दित्ता जो कंप्लीट हो जाए फिर तुहानूं आपां प्रोपर विखावांगे सिस्टम सारा बहुत वधिया। अपने फ्रेंड भी इत्थे हुंदे मस्त मौज मस्ती अपना जिद्दन दिल करे नहाओ खेडो मौज मस्ती करो आउटिंग करे बाहर दूर जाने की लोड़ ही नहीं अपने घर को सारा सिस्टम हो गया। अपने पिंड तो सिर्फ अपनी पैली जी टी रोड के उत्ते ही है सो 500 मीटर 600 मीटर इन्ना ला लो बस तुहानूं विखावांगे तो सारा एक दिन पिंड का टूर भी अपना प्रोपरली तो आ साडा इहदा सिस्टम आ तो म्यूजिक सिस्टम भी पिया इत्थे पूरे चलते गाने फिर जदों मौज मस्ती करनी है पूल च नहाओ म्यूजिक चलता नाल डांसिंग चलती है। हुण थोड़ा जिहा बंद किया बच्चों ने कहा भी थोड़ा बंद करो अजे आपसे गल्लां बातां लगे हुए ने इंजॉय कर रहे हैं बड़ा मज़ा आ रहा लाइफ अल्टीमेट हुंदी है। तो आपां फ्रेंड्स भी जिद्दन आवेंगे उदन भी तुहानूं विखावांगे एक दो दिन शायद हले थोड़ा जिहा ये भी कंप्लीट नहीं अजे होया सिस्टम तां करके इधर फ्रेंड्स बहुत ने सारा सिस्टम वधिया बनाया अपना आराम नाल गार्डन जिहा बन जाएगा इत्थे ब्लॉक्स वगैरह सारा सिस्टम प्रोपर जदों होएगा फिर तुहानूं विखावांगे एन वधिया तो इत्थे बह के खाओ। लो जी आपां भी दोवें भरा वड़ गए हुण इन्हां दे नाल पूरा मज़ा आ रहा फुल शील्ड वाला काम है नज़ारेदार माहौल है तो इन्होंने सानू दो भरावों नूं धक्के नाल वाड़ लिया भी तुसीं भी जरूर आओ देखो इन्हां नूं चिल कर रहे ने चिल 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 पूरा मज़ा आ रहा वाकई पूल च नहाउण दा वड्डे पूल च अल्टीमेट नज़ारा अपना परसनल पूल चीमा फैमिली जिंदाबाद जिंदाबाद वाह जी वाहगुरु दे कृपा वाहगुरु रंग लाई रखे बस मौजा ने बाकी अपना पूरा कंप्लीट हो जाए फिर तुहानू मैं प्रोपर विखावांगे सारा सिस्टम वधिया वाला इंजन जदों सारा क्रिकेट वाला अपना दसे मैं अगे दस दिता सारा कुछ जो नैट वाल नैट लगेगा उत्थे क्रिकेट दा ते बच्चे सारे करनगे प्रैक्टिस क्रिकेटर बनणगे फिर बैडमिंटन दा भी है बैडमिंटन भी खेडो पूल च मजे करो। लो जी फतेह नूं वेखो तुसीं फतेह मार के दिखाओ मार के। लो जी फतेह हुण कर लगा कोई कारवाई की कर लगा जंप वेखो जी फतेह दी चेक करो जंप 1 2 3 ओ साडी नूं बड़ी वड्डी जंप मारी फतेह फतेह जंप ते जंप ही ठोकी जांदा मजा आ रहा पूरा बच्चे नाल बच्चे बन गए आपां भी पूरी बल्ले बल्ले वे वेखो जी फतेह नूं वेखो पहला सारे बाकी फिर वेखांगे फतेह दा जरूरी है सब तो पहला उन्हें नहीं मुड़ना नहीं ते फतेह ने कैमरा ते भी पानी पा दिता वीडियो बनदी भी ना सिर्फ वेखी हां जी हां जी बन रही है रंगीन हो गया मौसम पूरी दब के बरसात हुई एन तां पूल चो निकले असीं भी अज बच्चों ना बच्चे बने पे ही पूरा इंजॉय कर रहे ही दब के मौसम वेखो कितना वधिया बहुत शानदार मौसम है सारे पासे बरसात ही बरसात पूरी दब के बरसात सी है जबरदस्त की कर दे वे की कर दे वे बड़ा हंसदे वे की चक्कर है अच्छा अच्छा के ते दे पील ना वजे हैं आज असी भी इन्हां नाल बच्चों का बच्चे बन गए तो पूरा नज़ारा किया पूल च नहा नहा के फुल फुल बड़ा फुल नज़ारा बल्ले बल्ले होइए दोवें भरावां ने पूरा चिल किया मीह आ गया ता निकले निकलन का कोई प्लान नहीं सी अज भी अज सारा दिन चलेगा प्रोग्राम इदा ही खा खा के चीज़ा का नज़ारे लुट रहे न्याणे अज जिन्ना को मज़ा पहाड़ा जा के आंदा ना जिन्ना को लोग कहते हैं फलान शिमला चलीए मनाली चलीए मैं कहना उधर तो ज़्यादा इतने नज़ारा है पुल चिले पूरा बल्ले बल्ले हुई भी अज धन धन प्रोग्राम हो मजा आ गया। कमेंट करके दसो जी सारे किदा लग्या तुहानू अज दी वीडियो बच्चियां दा इंजॉयमेंट किवें दा जशन हरगुण सीरत फतेह चारा ने फुल इंजॉय किया तो अं दोवां भरावां ने पूरे मजे किए चीमा फार्म ते करो कमेंट दब के किदा लग्या तुहानू। लो जी हुण असीं इंजॉय करके आ चुके हैं अज बड़ा मज़ा किया जशन हरगुण सीरत फतेह चारे भैन भरावां ने तो सानू भी इन्होंने वेची वाड़ लिया सी
ਤੇ ਬੱਚਿਆਂ ਨੂੰ ਅਸੀਂ ਪੂਰਾ ਮਜ਼ਾ ਕੀਤਾ ਬੜਾ ਨਜ਼ਾਰਾ ਆਇਆ ਤੇ ਅੱਜ ਥੋੜਾ ਬੱਦਲ ਵਾਲਾ ਮੌਸਮ ਸੀ ਇੱਕ ਦੋ ਵਾਰੀ ਵਿੱਚ ਧੁੱਪ ਵੀ ਆਈ ਸੀ ਥੋੜੀ ਥੋੜੀ ਬੂਥੀਆਂ ਸਾਡੀਆਂ ਕਾਲੀਆਂ ਹੋ ਗਈਆਂ ਲੱਗਦਾ ਟੈਨਿੰਗ ਹੋ ਗਈ ਪਰ ਬੱਦਲ ਬਣੇ ਹੁਣ ਪੂਰਾ ਦੱਬ ਕੇ ਮੀਂਹ ਹੈ ਹਜੇ ਵੀ ਪੈ ਰਹੀ ਬਰਸਾਤ ਨਾ ਸੋ ਅਸੀਂ ਹੁਣ ਘਰ ਆ ਚੁੱਕੇ ਹਾਂ ਤੇ ਜਸ਼ਨ ਅਰਗੂ ਨਰੀ ਉਤਰਨ ਲੱਗੇ ਨੇ ਆਪਾਂ ਵੀ ਪਹੁੰਚ ਗਏ ਘਰ ਹੀ ਸਾਡੇ ਤੋਂ ਬਸ ਥੋੜ੍ਹੀ ਥੋੜ੍ਹੀ ਦੂਰ ਘਰ ਨੇ ਆਪਣੇ ਸੋ ਗਾਈਜ਼ ਬੜਾ ਮਜ਼ਾ ਆਇਆ ਅੱਜ ਤੇ ਦੱਸਿਓ ਤੁਹਾਨੂੰ ਸਾਡਾ ਟਰੈਕਟਰ ਟਰਾਲੀ ਵਾਲੇ ਰੋਲਾ ਪਾਤਾ ਤੇ ਦੱਸਿਆ ਤੁਹਾਨੂੰ ਸਾਡਾ ਅੱਜ ਦਾ ਵਲੋਗ ਇਹਨਾਂ ਨੂੰ ਲੰਘ ਹੀ ਲੈਣ ਦੀ ਹੈ ਤੇ ਦੱਸਿਆ ਅੱਜ ਦਾ ਸਾਡਾ ਵਲੋਗ ਤੁਹਾਨੂੰ ਕਿਵੇਂ ਦਾ ਲੱਗਿਆ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰਿਆ ਜੇ ਕਿਹੜਾ ਕਿਹੜਾ ਪਾਰਟ ਕਿਵੇਂ ਕਿਵੇਂ ਤੁਹਾਨੂੰ ਕਿਹੜੀ ਕਿਹੜੀ ਚੀਜ਼ ਪਸੰਦ ਆਈ ਆਪਣੇ ਆਪਣੇ ਕਮੈਂਟ ਕਰਿਆ ਜੇ ਤੇ ਦੱਸੋ ਵੀ ਜਸ਼ਨ ਕਿੱਦਾਂ ਫਿਰ ਚਿੱਲ ਕੀਤਾ ਪੂਰਾ ਜਸ਼ਨ ਨੇ ਪੂਰਾ ਮਜ਼ਾ ਹਰਗੁਣ ਬੇਟਾ ਪੂਰਾ ਮਜ਼ਾ ਕੀਤਾ ਸਾਰੇ ਭੈਣ ਭਰਾਵਾਂ ਨੇ ਦੱਸੋ ਵੀ ਸਾਰੇ ਕਿੱਦਾਂ ਪੂਰਾ ਮਜ਼ਾ ਆਇਆ ਹੋਰ ਦਿਨ ਜਦੋਂ ਅੱਛਾ ਮੌਸਮ ਹੋਏਗਾ ਉਦੋਂ ਹੁਣ ਸਾਡਾ ਫਾਰਮ ਹਾਊਸ ਰੈਡੀ ਹੋ ਜਾਣਾ ਇਹਨਾਂ ਦੇ ਚਾਚੂ ਨੇ ਰੈਡੀ ਕਰ ਦਿੱਤਾ ਥੋੜ੍ਹਾ ਜਿਹਾ ਕਮੀਆਂ ਰਹਿ ਗਈਆਂ ਨੇ ਬਸ ਉਹ ਛੇਤੀ ਹੋ ਜਾਣਗੀਆਂ ਫਿਰ ਪੂਰਾ ਇੰਜੋਇਮੈਂਟ ਚੱਲੇ ਕਰੇਗਾ ਸਰਦੀਆਂ 'ਚ ਫਿਰ ਪੂਲ 'ਚ ਨਹਾਉਣਗੇ ਨਹੀਂ ਬਟ ਉੱਥੇ ਖੇਡਣ ਕਰਨਗੇ ਬੈਡਮਿੰਟਨ ਕ੍ਰਿਕਟ ਉਜਾਂ ਮਸਤੀ ਜਿੱਦਣ ਦਿਲ ਬੋਰ ਹੋਵਾਂ ਕਰਾਂ ਘਰੋਂ ਉੱਥੇ ਜਾ ਕੇ ਸਾਰਾ ਦਿਨ ਆਊਟਿੰਗ ਉੱਥੇ ਮੌਜ ਮਸਤੀ ਕੀਤੀ ਹੋਟਲਾਂ 'ਚ ਕਿਧਰੇ ਜਾਂ ਪਹਾੜਾਂ ਜਾਣ ਦੀ ਲੋੜ ਹੀ ਕੋਈ ਸਾਡਾ ਇੱਥੇ ਹਿੱਲ ਸਟੇਸ਼ਨ ਬਣ ਜਾਣਾ ਮਜ਼ੇ ਆ ਜਾਣੇ ਨੇ ਪੂਰੇ ਸੋ ਅੱਜ ਬੜਾ ਮਜ਼ਾ ਕੀਤਾ ਥੈਂਕ ਯੂ ਸੋ ਮੱਚ ਗਾਈਜ਼ ਤੁਸੀਂ ਵੀਡੀਓ ਨੂੰ ਪਿਆਰ ਕਰਿਓ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰਨੇ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਵੀ ਪ੍ਰੈਸ ਕਰ ਦਿਓ ਤੇ ਮਿਲਦੇ ਹਾਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਜੱਜ ਲਈ ਨਹੀਂ ਥੈਂਕ ਯੂ ਸੋ ਮੱਚ ਜਸ਼ਨ ਕਰ ਦਿਓ ਬਾਏ ਬਾਏ ਸਾਰਿਆਂ ਨੂੰ ਅਰਗੁਣ ਕਰੋ ਬੇਟਾ ਬਾਏ 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 ਬਾਏ।